ਕਿਸਾਨ ਭਰਾਵੋ ਨਸਾਰੇ ਤੋਂ ਪਹਿਲਾਂ ਝੋਨਾ ਥੋੜਾ ਜਿਹਾ ਪੀਲਾ ਹੋਵੇ ਤਾਂ ਵਧੀਆ ਗੱਲ ਆ ਕੋਈ ਬਾਲੀ ਹਰਿਆਵਲ ਤੋਂ ਆਪਾਂ ਕੋਈ ਚੰਗਾ ਝਾੜ ਨਹੀਂ ਲਾ ਸਕਦੇ ਉਹ ਬਿਮਾਰੀਆਂ ਦਾ ਘਰ ਹੀ ਹੁੰਦਾ ਹੈਗਾ ਪਰ ਇੱਕ ਨਾ ਕਿਸਾਨ ਥੋੜਾ ਜਿਹਾ ਉਲਝ ਜਾਂਦੇ ਹੈਗੇ ਆ ਹਰ ਇੱਕ ਮਸਲਾ ਹੱਲ ਸਪਰੇਅ ਨਾਲ ਹੀ ਕਰਨਾ ਚਾਹੁੰਦੇ ਆ ਆ ਤੁਹਾਨੂੰ ਕਈ ਵਾਰੀ ਚਿੱਟਗੀਆਂ ਧਾਰੀਆਂ ਵਾਲਾ ਫਲਬੈਰੀ ਜੀ ਵਾਲਾ ਚਿੱਟਾ ਜਿਹਾ ਬੂਟਾ ਦਿਖ ਜਾਂਦਾ ਹੈਗਾ ਜਾਂ ਤਾਂ ਇਹ ਮੰਨ ਲਓ ਵੀ 1 ਕਿੱਲੇ 'ਚ 2-3 ਬੂਟੇ ਹੋਣਗੇ ਵੱਧੋ ਵੱਧ ਜਾ ਮੰਨ ਲਓ ਵੀ ਤੁਹਾਡਾ 5 ਏਕੜ ਦਾ ਪਲਾਟ ਆ ਜਿਵੇਂ ਮੇਰਾ ਇਹ 5 ਏਕੜ ਦਾ ਪਲਾਟ ਆ ਤੇ ਇਹਦੇ ਵਿੱਚ ਮੈਨੂੰ ਸਿਰਫ ਹਜੇ ਤੱਕ ਇੱਕ ਹੀ ਬੂਟਾ ਦੇਖਿਆ ਚਲੋ ਬਾਹਰੀ ਗੌਰ ਨਾਲ ਦੇਖਾਂਗੇ ਦੋ ਹੋਰ ਮਿਲ ਜਾਣਗੇ ਪੰਜ ਵੀ ਮਿਲ ਜਾਣਗੇ ਤੁਸੀਂ ਪਰਸੈਂਟੇਜ ਕੱਢ ਕੇ ਦੇਖੋਗੇ 1 ਏਕੜ ਦੇ ਵਿੱਚ ਬਾਈ ਜੀ 2.5 ਲੱਖ ਬੂਟਾ ਲੱਗਿਆ ਹੋਇਆ ਤੇ ਇਹਦੀ ਪਰਸੈਂਟੇਜ ਕੀ ਰਹੇਗੀ 1% ਗਿਣਾਗੇ ਆਪਾਂ ਇਹਨੂੰ ਕੋਈ ਇਹ ਬਹੁਤ ਘੱਟਾ ਮਾਈਨਰ ਆ ਮਤਲਬ ਕਿ ਆਪਣੇ ਸਿਰਦਰਦੀ ਇਹਨੂੰ ਆਪ ਬਣਾਉਣ ਦੀ ਲੋੜ ਨਹੀਂ ਹੈਗੀ ਇਹ ਜੈਨਟਿਕ ਡਿਫੈਕਟ ਹੋਇਆ ਕੋਈ ਸੀਡ ਦੇ ਵਿੱਚ ਪ੍ਰੋਬਲਮ ਆ ਜਾਂ ਜੋ ਵੀ ਆ ਨੇਚਰਲ ਐਕਟੀਵਿਟੀ ਇਸ ਪlant ਦੇ ਉੱਤੇ ਜਿਹੜੀ ਉਹ ਕਾਮਨ ਨਹੀਂ ਹੋਈ ਥੋੜੀ ਹੋਰ ਤਰੀਕੇ ਦੀ ਹੋ ਗਈ ਤੇ ਉਹਦੇ ਕਰਕੇ ਇਹਦਾ ਥੋੜਾ ਦੂਸਰੇ ਨਾਲੋਂ ਵੱਖਰਾ ਹੋ ਗਿਆ ਕੋਈ ਸਪਰੇਅ ਕਰਨ ਦੀ ਲੋੜ ਨਹੀਂ ਕੁਝ ਵੀ ਤੁਹਾਨੂੰ ਇਥੇ ਐਕਸਟਰਾ ਕਰਨ ਦੀ ਜਰੂਰਤ ਨਹੀਂ ਹੈ ਇਸ ਤੋਂ ਡਰਨ ਦੀ ਲੋੜ ਆ ਹਾਂ ਇਹਦੇ ਵਿੱਚ ਕਈ ਵਾਰੀ ਹੁੰਦਾ ਜਿਵੇਂ ਦੇਖੋ ਇਹ ਬੂਟਾ ਹੈਗਾ ਇਸ ਬੂਟੇ ਦੇ ਅੱਧੇ ਪੱਤੇ ਤਾਂ ਠੀਕ ਆ ਅੱਧੇ ਇਸ ਤਰ੍ਹਾਂ ਦੇ ਹੈਗੇ ਆ ਤੇ ਆਪਾਂ ਇਸ ਨੂੰ ਬੱਲੀ ਵੇਲੇ ਵੀ ਇਸ ਵਾਰੀ ਕਵਰ ਕਰਨ ਦੀ ਕੋਸ਼ਿਸ਼ ਕਰਾਂਗੇ ਬਾਕੀ ਪੱਤੇ ਵੀ ਇਸ ਤਰੀਕੇ ਦੇ ਨਾਲ ਹੁੰਦੇ ਜਾ ਰਹੇ ਆ ਹੌਲੀ-ਹੌਲੀ ਹੁੰਦੇ ਹੋ ਰਹੇ ਆ ਤੇ ਇਹ ਲਗਭਗ ਸਾਰੇ ਪੱਤੇ ਬੂਟੇ ਦੇ ਇਸ ਤਰੀਕੇ ਨਾਲ ਹੋ ਜਾਣਗੇ ਜਾਂ ਇਹਦੇ ਵਿੱਚ ਕੋਈ ਫੂਡ ਚੇਨ ਬਲੌਕ ਹੋਈ ਆ ਜਾਂ ਸੈੱਲ ਦੇ ਡੈੱਡ ਹੋਏ ਆ ਜਾਂ ਸੈੱਲ ਜਿਹੜੇ ਹੈਗੇ ਕਲੋਰੋਫਿਲ ਨਹੀਂ ਬਣ ਪਾਈ ਜਾਂ ਕੋਈ ਵੀ ਜੈਨੇਟਿਕ ਡਿਫੈਕਟ ਹੋਇਆ ਜਦੋਂ ਵੀ ਇਸ ਦੇ ਮਦਰ ਫਾਦਰ ਦਾ ਜਿਹੜਾ ਡੀਐਨਏ ਆ ਪ੍ਰੋਪਰ ਜੀ ਟ੍ਰਾਂਸਫਰ ਨਹੀਂ ਹੋਇਆ ਇਹ ਕੈਰੈਕਟਰ ਨਹੀਂ ਲੈ ਪਾਇਆ ਜਿਵੇਂ ਇਨਸਾਨਾਂ ਦੇ ਵਿੱਚ ਵੀ ਹੁੰਦਾ ਕਿ ਕਈ ਵਾਰ ਕੋਈ ਬੱਚਾ ਡਿਫੈਕਟਲੀ ਪੈਦਾ ਹੋ ਜਾਂਦਾ ਉਹਦੀਆਂ ਲੱਤਾਂ ਦੇ ਮਾੜਾ ਅਸਰ ਹੁੰਦਾ ਜਾਂ ਬੁੱਧੀ ਤੇ ਜਾਂ ਉਹਦੇ ਸਰੀਰ ਦੇ ਕਿਸੇ ਹੋਰ ਭਾਗ ਤੇ ਇਹ ਉਸੇ ਤਰੀਕੇ ਦੀ ਚੀਜ਼ ਹੈ ਜਦੋਂ ਕੋਈ ਡਰਨ ਦੀ ਲੋੜ ਨਹੀਂ ਹੈਗੀ ਡਰਨ ਦੀ ਲੋੜ ਉਸ ਤੋਂ ਹੈਗੀ ਹੈ ਵੀ ਜਿਹੜੇ ਤੁਹਾਨੂੰ ਠੱਗੀ ਕਰਨ ਵਾਸਤੇ ਬੈਠੇ ਐ ਤੁਸੀਂ ਇੱਕ ਸਮੱਸਿਆ ਜਾ ਕੇ ਕਈ ਤਾਂ ਬੰਦੇ ਇਹਦੇ ਪੱਤੇ ਤੋੜ ਕੇ ਲੈ ਜਾਂਦੇ ਐ ਦੁਕਾਨਦਾਰਾਂ ਕੋਲੇ ਜਾਂ ਅੜਿਆਂ-ਐਜੰਟਾਂ ਨੂੰ ਬੁਲਾ ਲੈਂਦੇ ਐ ਏਜੰਟਾਂ ਨੇ ਕੀ ਕਰਨਾ ਆ ਕੇ ਤੁਹਾਡੇ ਕੇਸ ਦੇ ਵਿੱਚ ਇੱਕ ਬੂਟਾ ਪਟਕੇ ਜੜਾਂ ਦੇਖ ਲੈਣਗੇ ਕਹਿੰਦੇ ਕਾਲੀਆਂ ਹੋਊਗਾ ਪਈਆਂ ਥੋੜਾ ਜਿਹਾ ਪੱਤਾ ਦੇਖ ਲੈਣਾ ਕਹਿੰਦੇ ਰੰਗ ਨਹੀਂ ਵਧੀਆ ਤੇ ਬਲਾਸਟ ਆ ਸਕਦਾ ਤੇ ਮੜਾ ਮੜਾ ਪੁੱਛ ਲੈਣਗੇ ਪਹਿਲਾਂ ਕੀ ਪਾਇਆ ਸੀ ਬਾਅਦ ਚ ਕੀ ਪਾਇਆ ਸੀ ਕਿਹੜੀ ਸਪਰੇਅ ਕਰਤੀ ਉਹ ਫਿਰ ਜਿਹੜੀ ਨਹੀਂ ਕਰੀ ਹੁੰਦੀ ਕਹਿੰਦੇ ਵੀ ਆ ਵੀ ਕਰਦੇ ਤੇ ਫਿਰ ਬੜਾ ਫਰਕ ਨਹੀਂ ਪੈਂਦਾ 3-400 ਦਾ ਖਰਚ ਹੀ ਹੈ ਦੇਖੋ 3-400 ਦੀ ਬਜਾਏ ਮੈਂ ਕਹਿੰਦਾ ਵੀ 1000 ਵੀ ਲੱਗ ਸਕਦਾ ਹੈਗਾ ਲਾ ਸਕਦੇ ਆ ਆਪਾਂ ਪਰ ਉਹਦੀ ਆਪਾਂ ਨੂੰ ਫੀਡਬੈਕ ਮਿਲਣੀ ਚਾਹੀਦੀ ਹੈ ਉਹ ਜੇ ਫਸਲ ਦੇ ਝਾੜ ਵਿੱਚ ਵਾਧਾ ਕਰੂ ਤਾਂ ਆਪਾਂ ਉਸ ਲਾਈਨ ਤੇ ਤੁਰਨਾ ਚਾਹੀਦਾ ਅਦਰਵਾਈਜ਼ ਲੋੜ ਨਹੀਂ ਹੈਗੀ ਸੋ ਜਾਣਕਾਰੀਆਂ ਪਹਿਲਾਂ ਵੀ ਸ਼ੇਅਰ ਕੀਤੀਆਂ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਸਾਂਝੀਆਂ ਕਰਾਂਗੇ ਹੋਰ ਕਿਸਾਨਾਂ ਨਾਲ ਜਰੂਰ ਸਾਂਝੀਆਂ ਕਰ ਲਿਆ ਕਰੋ ਕਿਉਂਕਿ ਆਪਣੀਆਂ ਵੀਡੀਓ ਦੇ ਵਿੱਚ ਤੁਹਾਨੂੰ ਇੰਟਰਟੇਨਮੈਂਟ ਮਿਲਣਾ ਨਹੀਂ ਆਪਾਂ ਨੇ ਕੋਈ ਹਾਸਿਆ ਮਜ਼ਾਕ ਵਾਲੀ ਵੀਡੀਓ ਪਾਉਣੀ ਹੈ ਆਪਾਂ ਨੇ ਉਹ ਵੀਡੀਓ ਬਣਾਉਣੀ ਹੈ ਜਿਹਦੇ ਨਾਲ ਤੁਹਾਡਾ ਚੁੱਲ੍ਹਾ ਚੱਲਣਾ ਜਿਹਦੇ ਨਾਲ ਤੁਹਾਡੀ ਜਨਰੇਸ਼ਨ ਅੱਗੇ ਵਧਣੀ ਤੁਸੀਂ ਜਨਰੇਸ਼ਨ ਨੂੰ ਫੀਡ ਕਰਨਾ ਆਪਦੇ ਖੇਤਾਂ ਦੇ ਵਿੱਚ ਮਿੱਟੀ ਦੀ ਸਿਹਤ ਨੂੰ ਬਣਾ ਕੇ ਰੱਖਣਾ ਠੀਕ ਹੈ ਉਸ ਚੀਜ਼ਾਂ ਤੇ ਆਪਾਂ ਕੰਮ ਕਰ ਰਹੇ ਹਾਂ ਕ੍ਰੌਪ ਤੇ ਘੱਟੋ ਘੱਟ ਤੁਹਾਡਾ ਖਰਚ ਹੋਵੇ ਤੋਂ ਨੂੰ ਬਿਮਾਰੀ ਸਮਝ ਆ ਜੇ ਹਾਲਤ ਆ ਉਹਦੇ ਕਈ ਤਰੀਕੇ ਨਾਲ ਹੁੰਦੇ ਆ ਮਹਿੰਗਾ ਵੀ ਹੁੰਦਾ ਸਸਤਾ ਵੀ ਹੁੰਦਾ ਲੌਂਗ ਟਾਈਮ ਵੀ ਹੁੰਦਾ ਸ਼ਾਰਟ ਟਾਈਮ ਵੀ ਹੁੰਦਾ ਸੋ ਜਾਣਕਾਰੀਆਂ ਪਹਿਲਾਂ ਵੀ ਸਾਂਝੀਆਂ ਕੀਤੀਆਂ ਆ ਅਗਦੇ ਨਾਲ ਵੀ ਕਰਾਂਗੇ ਫੇਸਬੁੱਕ ਇੰਸਟਾਗ੍ਰam YouTube ਸਾਰੇ ਤੇ ਬਣੇ ਰਹੋ ਧੰਨਵਾਦ